ਰਹਿ ਜੀ ਦਾਦੂ ਦਾ ਅਲਵੀ ਹਸਨ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਔਰ ਲਾਈਕ ਕਰੇ। ਅਸਲਾਮ ਅਲੈਕਮ ਅੱਗੇ ਕੀ ਹਾਲ ਚਾਲ ਹੈ ਰਾਜੀ ਹੋ ਸੰਗਣੇ ਅੱਜ ਕੀ ਕਰਨਾ ਹੀ ਅੱਛਾ ਅੱਛਾ ਤੂੰ ਇੱਦਾਂ ਅਲੀ ਹਸਨ ਆਸ਼ਿਕ ਯੂਟਿਊਬ ਅਸਲਾਮ ਅਲੈਕਮ ਜੀ, ਕੀ ਹਾਲ ਚਾਲ ਹੈ ਸਾਰਿਆਂ ਦਾ? ਠੀਕ ਠਾਕ ਹੋ ਰਾਜ਼ੀ ਹੋ ਤਕੜੇ ਹੋ? ਹੋਰ ਸੁਣਾਓ ਤਬੀਅਤ ਸਿਹਤ? ਉਸਤਾਦ ਜੀ, ਅੱਜ ਅਸੀਂ ਨਾ ਜ਼ਰਾ ਵਿਹਲੇ ਬੈਠੇ ਸੀ ਘਰ ਅਤੇ ਅਸੀਂ ਕਿਹਾ ਅੱਜ ਨਾ ਜ਼ਰਾ ਗੇੜਾ ਛੇੜਾ ਲਾਈਏ ਬਾਹਰ। ਅਤੇ ਅਸੀਂ ਵੈਸੇ ਆਏ ਸੀ ਟੂਵਲ ਦੇ ਉੱਤੇ ਕਿ ਟੂਵਲ 'ਤੇ ਨਹਾਵਾਂਗੇ, ਪਰ ਟੂਵਲ 'ਤੇ ਸਾਨੂੰ ਲੱਭਾ ਨਹੀਂ, ਸਾਨੂੰ ਲੱਭਾ ਹੈ ਨਲਕਾ। ਹੈ ਦੇਖੋ, ਅਸੀਂ ਫਿਰ ਸਾਨੂੰ ਟੂਵਲ ਨਹੀਂ ਲੱਭਾ, ਅਸੀਂ ਫਿਰ ਨਲਕੇ 'ਤੇ ਹੀ ਨਾ ਜ਼ਰਾ ਫਰੈਸ਼ਿੰਗ ਫਰੈਸ਼ਿੰਗ ਕਰਨ ਲੱਗ ਗਏ ਹੈ। ਬਾਕੀ ਆ ਚੈੱਕ ਕਰੋ ਉਸਤਾਦ ਜੀ, ਮੈਂ ਇੱਥੇ ਦੇਖਿਆ ਇੱਥੇ ਬਾਗ ਸੀਗਾ, ਅੰਬਾਂ ਦਾ ਬਾਗ ਹੈ। ਚੈੱਕ ਕਰੋ ਉਸਤਾਦ ਜੀ, ਤੁਸੀਂ ਮੈਂ ਕਹਿੰਦਾ ਬੜਾ VIP ਮਾਹੌਲ ਹੈਗਾ ਹੈ। ਅੰਬ ਵੀ ਲੱਗੇ ਹੋਏ ਇਹਦੇ ਉੱਤੇ ਹੈ। ਆਹ ਦੇਖੋ ਉਸਤਾਦ ਜੀ, ਅੰਬ ਚੈੱਕ ਕਰੋ ਤੁਸੀਂ, ਬੜੇ VIP ਤੇ ਵਧੀਆ ਕਿਸਮ ਦੇ ਅੰਬ ਲੱਗੇ ਹੋਏ ਆ। ਅੰਬਾਂ ਦਾ ਬਾਗ ਆ ਪੂਰਾ। ਓਏ ਇਹ ਦੇਖੋ, ਇਹ ਕੁੱਤਾ ਵੀ ਇੱਕ ਰੱਖਿਆ ਇਹਨਾਂ ਨੇ ਰਾਖੀ ਦੇ ਉੱਤੇ ਹੈ। ਠੀਕ ਠਾਕ ਹੋ ਰਾਜ਼ੀ ਹੋ ਤਕੜੇ ਹੋ? ਫਿਰ ਨਵੀਂ ਤਾਜ਼ੀ ਹੈ ਤਬੀਅਤ ਸਿਹਤ? ਤੇ ਸਾਰੀ ਇੱਥੇ ਅਸੀਂ ਫੇਰੇ ਸੀਗੇ ਭਾਈ, ਜਿਹਨਾਂ ਦਾ ਬਾਗ ਸ਼ਾਗ ਹੈਗਾ ਇੱਥੇ, ਹੁੰਦੇ ਆ ਕੇਅਰ ਟੇਕਰ ਬਾਗ ਦੇ ਨਾ, ਤੇ ਉਹ ਵੀ ਇੱਥੇ ਹੀ ਨੇ। ਤੇ ਆਹ ਭਾਈ ਬੈਠੇ ਹੋਏ ਨੇ, ਆਪਣਾ ਕੰਮ ਸ਼ੰਮ ਕਰਦੇ ਪਏ ਤੇ ਸੀ ਨਾ, ਜ਼ਰਾ ਭਾਈ ਕੋ ਜਾ ਕੇ ਨਾ ਭਾਈ ਦਾ ਹਾਲ ਹਵਾਲ ਲੈਂਦੇ ਆ। ਅਸਲਾਮ ਅਲੈਕੁਮ ਸਰ। ਵਾਲੇਕੁਮ ਸਲਾਮ ਜੀ, ਕੀ ਹਾਲ ਚਾਲ ਹੈ? ਸਹੀ ਸ਼ੁਕਰ ਹੈ, ਤੁਸੀਂ ਸੁਣਾਓ? ਅਲਹਮਦੁਲਿਲਾ, ਸਭ ਠੀਕ ਠਾਕ ਰਾਜ਼ੀ, ਬਿਲਕੁਲ ਠੀਕ ਠਾਕ। ਤੁਸੀਂ ਸੁਣਾਓ? ਅੱਲਾ ਦਾ ਕਰਮ ਹੈ। ਇਕੱਲੇ ਹੀ ਰਹਿੰਦੇ ਹੋ ਇੱਥੇ? ਨਹੀਂ, ਲੇਬਰ ਹੈ ਜੀ। ਲੇਬਰ ਆ? ਹੁਣ ਕਿੱਧਰ ਗਈ ਲੇਬਰ? ਕੰਮ ਤੇ ਨਹੀਂ। ਕੰਮ ਕਾਹਦਾ ਕਰਦੇ ਲੇਬਰ? ਪਟਾਈ ਕਰਨ ਰਹੇ ਨੇ। ਅੱਛਾ, ਇੱਥੇ ਲੱਗੇ ਕਿਤੇ ਜਾਂ ਦੂਰ ਕਿਤੇ ਗਏ ਹੋਏ ਆ? ਇੱਥੇ ਲੱਗੇ ਨੇ, ਲਾ ਰਹੇ। ਅੱਛਾ ਅੱਛਾ, ਹੋਰ ਤਬੀਅਤ ਸਿਹਤ ਸੁਣਾਓ? ਠੀਕ ਠਾਕ। ਦਾ ਠੇਕਾ ਸ਼ੇਕਾ ਵੀ ਆਪਣੇ ਕੋਲ ਹੀ ਹੈ? ਮਾਸ਼ਾਅੱਲਾ, ਲਾਏ ਹੋਏ ਇੱਥੇ ਕਿਤੇ ਆਪਣੀ ਰੇੜੀ ਛੜੀ ਕਿ ਨਹੀਂ ਹਲੇ? ਉਹ ਰੇੜੀ ਅੱਧੇ ਤੇ ਲੱਗੇ ਨੇ ਰੋਡ ਤੇ। ਅੱਛਾ, ਪਰਲੇ ਸਾਈਡ ਤੇ ਵੀ? ਜਿਹੜਾ ਉਰਲੀ ਸਾਈਡ ਤੇ ਵੀ? ਉਰਲੀ ਸਾਈਡ ਤੇ ਹੀ ਆਪਣਾ, ਉਰਲੀ ਸਾਈਡ ਤੇ। ਅੱਛਾ ਅੱਛਾ ਅੱਛਾ, ਮਾਸ਼ਾਅੱਲਾ। ਆਪਾਂ ਨੰਗੇ ਆ ਨਾ ਜਿੱਥੋਂ ਅਸੀਂ, ਉੱਥੇ ਦਾ ਹੈਗਾ ਵਾ ਸਿਸਟਮ। ਇਹ ਕੋਠੇ ਉੱਤੇ ਚੜ੍ਹ ਜਾਈਏ, ਚੈੱਕ ਕਰ ਲਈਏ ਉੱਤੋਂ ਜੇ ਕਿ ਨਹੀਂ? ਕਿਸ ਕਰ ਲਾ, ਚੈੱਕ ਕਰ ਲਈਏ। ਉਸਤਾਦ ਜੀ, ਤੁਹਾਨੂੰ ਦਿਖਾਉਂਦੇ ਹਾਂ ਮਾਹੌਲ ਜ਼ਰਾ ਨਾ ਉੱਤੋਂ ਦੀ ਇੱਕ ਵਾਰੀ, ਚਾਰਾਂ ਸਾਈਡਾਂ 'ਤੇ ਉਸਤਾਦ ਜੀ ਬਾਗ ਹੀ ਬਾਗ ਹੈਗਾ ਵਾ ਇਹਨਾਂ ਦਾ ਨਾ, ਅੰਬ ਸ਼ੰਬ ਲੱਗੇ ਹੋਏ ਨੇ। ਓਏ ਸਹੀ, ਚੈੱਕ ਕਰੋ, ਛੋਟੀ ਜਿਹੀ ਸੋਲਰ ਪਲੇਟ ਰੱਖੀ ਹੋਈ ਆ ਭਾਈ ਉਹਨਾਂ ਨੇ। ਓਏ ਉਸਤਾਦ ਜੀ, ਮਾਹੌਲ ਚੈੱਕ ਕਰੋ ਜ਼ਰਾ। ਓਏ ਚੈੱਕ ਕਰੋ ਉਸਤਾਦ ਜੀ, ਚਾਰਾਂ ਸਾਈਡਾਂ ਦੇ ਉੱਤੇ ਨਾ ਇੱਥੇ ਅੰਬਾਂ ਦਾ ਬਾਗ ਹੀ ਬਾਗ ਹੈ। ਇਹ ਦੇਖੋ, ਅਸੀਂ ਉੱਤੇ ਆ ਗਏ ਹਾਂ ਅਤੇ ਬੱਚੇ ਉਹ ਥੱਲੇ ਨਾ ਆ ਰਹੇ, ਨਾਲੇ ਸ਼ਰਾਰਤਾਂ ਕਰ ਰਹੇ ਪਏ ਆ। ਉਸਤਾਦ ਤੁਸੀਂ ਚੈੱਕ ਕਰੋ, ਬੜਾ VIP ਆਊਟ ਕਲਾਸ ਸਟੈਂਡਿੰਗ ਹੈ। ਇਹ ਦੇਖੋ ਜ਼ਰਾ ਥੱਲੇ, ਮੈਂ ਉੱਤੇ ਆ ਗਿਆ ਥੋੜ੍ਹਾ ਜਿਹਾ। ਉਸਤਾਦ ਜੀ, ਬੜਾ VIP, ਮੈਂ ਕਹਿੰਦਾ ਪੱਪੂ ਕਿਸਮ ਦਾ ਨਾ ਬਣਾਇਆ ਹੋਇਆ ਇਹਨਾਂ ਨੇ, ਫਾਰਮ ਹਾਊਸ ਕਹਿ ਲਓ। ਅਤੇ ਚਾਰਾਂ ਸਾਡਾ ਤਾਂ ਅੰਬ ਹੀ ਅੰਬ ਹੈਗੇ ਆ, ਦਰਮਿਆਨ 'ਚ ਇਹਨਾਂ ਨੇ ਕੋਠਾ ਛੋਟਾ ਜਿਹਾ ਆਪਣਾ ਬਣਾਇਆ ਹੋਇਆ, ਉੱਥੇ ਰਹਿੰਦੇ ਨੇ ਭਾਈ ਜਾਣਾ। ਅਤੇ ਮੈਂ ਇੱਥੇ ਨਾ
ਬਾਕੀ ਸਾਡਾ ਤੇ ਵੀ ਨਜ਼ਰ ਘੁਮਾ ਕੇ ਚੈੱਕ ਕੀਤੀ ਤੇ ਇਹ ਨਾਲ ਨਾ ਅਨਾਰਾਂ ਦਾ ਬੂਟਾ ਲੱਗਾ ਹੋਇਆ ਹੈ, ਇਹ ਖਜੂਰ ਲੱਗੇ ਹੋਏ ਤੇ ਨਾ ਹਲੇ ਖਜੀਆਂ ਲੱਗੀਆਂ ਹੋਈਆਂ ਵਾ, ਪਰ ਇਹ ਕਿ ਖਜੂਰ ਜਿਹੜੀ ਆ ਨਾ ਹਲੇ ਕੱਚੀ ਹੈਗੀ ਆ ਹਰੇ ਰੰਗ ਦੀ, ਬਾਅਦ ਜਦੋਂ ਪੱਕ ਜਾਣਗੀਆਂ ਨਾ ਉਦੋਂ ਸਹੀ ਯਾਨੀ ਕਿ ਜਾ ਸਕਦੀ, ਯਾਨੀ ਕਿ ਹਰ ਤਰ੍ਹਾਂ ਦਾ ਫਲ ਲੈ ਲਵਾਂ। ਨਾਲ ਥੋੜ੍ਹੇ ਜਿਹੇ ਦੂਰ ਕਰਕੇ ਮੈਨੂੰ ਲੱਗਦਾ ਅਮਰੂਦ ਸ਼ਮਰੂਦ ਵੀ ਆ ਉੱਪਰੇ ਹੈਗੇ ਆ ਲੱਗੇ ਹੋਏ ਨਜ਼ਰ ਆ ਰਹੇ ਆ। ਤੇ ਇਹ ਤੁਸੀਂ ਚੈੱਕ ਕਰੋ ਜ਼ਰਾ, ਇਹ ਦੇਖੋ ਇਹ ਅਨਾਰ ਵਗੈਰਾ ਵੀ ਲੱਗੇ ਹੋਏ ਆ, ਦੇਖੋ ਅਨਾਰ ਦਾ ਬੂਟਾ ਤੇ ਉੱਤੇ ਅਨਾਰ ਵੀ ਹੈਗੇ ਆ, ਇਹ ਚੈੱਕ ਕਰ ਸਕਦੇ ਤੁਸੀਂ ਹੈ। ਠੀਕ ਹੈ ਤੇ ਇਹ ਦੇਖੋ ਇਹ ਖੱਜੀਆਂ ਲੱਗੀਆਂ ਹੋਈਆਂ ਵਾ, ਇਹ ਦੇਖੋ ਖੱਜੀ ਲੱਗੀ ਹੋਈ ਹੈ ਤੇ ਉਹਦੇ ਉੱਤੇ ਖੱਜੀਆਂ ਵੀ ਲੱਗੀਆਂ ਹੋਈਆਂ। ਮੈਂ ਕਹਿੰਦਾ ਉਸਤਾਦ ਜੀ ਆਊਟਸਟੈਂਡਿੰਗ, ਬੜਾ VIP ਕਰਕੇ ਪ੍ਰੋਫਾਈਲ ਪਿਕਚਰ ਬਣਾ ਕੇ ਨਾ, ਮਤਲਬ ਇਹਨਾਂ ਨੇ ਆਪਣੀ ਬਣਾ ਕੇ, ਤੇ ਮੈਂ ਕਹਿੰਦਾ ਬਿਲਕੁਲ ਦਰਮਿਆਨ ਤੇ ਉਹ ਮੇਨ ਰੋਡ ਹੈਗੀ ਸਾਡੀ ਨਾ, ਉਹ ਮੇਨ ਰੋਡ ਦੇ ਉੱਤੇ ਹੀ ਨਜ਼ਰ ਆ ਰਿਹਾ ਹੈਗਾ ਸਾਰਾ ਕੁਛ ਸਿਸਟਮ ਨਾ ਇਹਨਾਂ ਨੇ ਕੀਤਾ ਹੋਇਆ ਆਪਣਾ। ਇਹ ਦੇਖੋ ਉਸਤਾਦ ਜੀ ਨਾਲ ਨਿੰਬੂਆਂ ਦਾ ਬੂਟਾ ਲੱਗਾ ਹੋਇਆ ਵਾ, ਹੈਂ ਇਹ ਦੇਖੋ, ਇਹ ਦੇਖੋ ਨਿੰਬੂ ਵੀ ਲੱਗੇ ਹੋਏ ਉੱਤੇ। ਠੀਕ ਹੈ, ਮੈਂ ਕਹਿੰਦਾ ਉਸਤਾਦ ਜੀ ਹਰ ਚੀਜ਼ ਲੱਗੀ ਹੋਈ ਆ, ਆਹ ਪਤਾ ਨਹੀਂ ਹਾਂ ਆਹ ਵੀ ਅਨਾਰਾਂ ਦਾ ਹੀ ਬੂਟਾ ਲੱਗਦਾ ਮੈਨੂੰ ਸ਼ਾਇਦ, ਇਹ ਚੈੱਕ ਕਰੋ ਉਸਤਾਦ ਜੀ ਇਹ ਵੀ ਹੈ। ਉਸਤਾਦ ਜੀ ਜਾਮਣ ਵੀ ਲੱਗੀ ਹੋਈ ਹੈ, ਅੱਛਾ ਹਰ ਤਕਰੀਬਨ ਕਾਫੀ ਸਾਰੇ ਚੀਜ਼ਾਂ ਦੇ ਨਾ ਉਹ ਸਿਸਟਮ ਸਾਰਾ ਹੀ ਹੈਗਾ ਵਾ। ਠੀਕ ਹੈ ਉਸਤਾਦ ਜੀ, ਬੜੀ ਮਿਹਰਬਾਨੀ ਤੁਸੀਂ ਸਾਨੂੰ ਨਾ ਥੋੜ੍ਹਾ ਮੌਕਾ ਦਿੱਤਾ, ਹੈਂ ਮਿਹਰਬਾਨੀ ਤੁਹਾਡੀ ਹੈ। ਚਲੋ ਅਸੀਂ ਜ਼ਰਾ ਬੱਚਿਆਂ ਨੂੰ ਦੇਖ ਦੁੱਖ ਲਈਏ, ਹੈਂ ਜੀ ਹਾਂ ਬਸ ਮਿਹਰਬਾਨੀ ਸਹੀ ਤੁਹਾਡੀ ਹੈ। ਹਾਂ ਬੱਚੇ ਹੋ ਨਹਾ ਲਿਆ, ਕਿਹਨੇ ਕਿਹਨੇ ਨਹਾ ਲਿਆ, ਅਕਲ ਕਿਵੇਂ ਮਜ਼ਾ ਆ ਰਿਹਾ ਹੈ ਕਿੱਦਾਂ ਪੜ੍ਹਨ ਲੱਗਣ ਦੀ, ਮਜ਼ਾ ਆ ਰਿਹਾ ਵਾ ਸਰ ਜੀ? ਮੈਂ ਕਹਿੰਦੇ ਬੜਾ ਮਜ਼ਾ ਆ ਰਿਹਾ ਹੈ, ਮੈਂ ਕਿਹਾ ਚਲੋ ਮਜ਼ੇ ਲਓ। ਅਸੀਂ ਵੈਸੇ ਫਿਲਹਾਲ ਟੂਵਲ ਤੇ ਆਏ ਸੀ ਪਰ ਟੂਵਲ ਸਾਨੂੰ ਨਾ ਚੱਲਦਾ ਕਿ ਲੱਭਾ ਨੀ। ਚਲੋ ਅਗਲੇ ਦੀ ਵਾਰੀ, ਚਲੋ 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 ਚਲੋ। ਸਾਹਿਲ ਦੀ ਸਭ ਤੋਂ ਜ਼ਿਆਦਾ ਮਿਹਨਤ ਸਾਹਿਲ ਲੱਗਾ ਪਿਆ ਵਾ, ਤੇਰੀ ਬੁੰਡ ਸਹੀ ਨੰਗੀ ਹੋ ਗਈ ਨਜ਼ਰ ਆ ਰਹੀ ਹੈ ਵਿੱਚੋਂ ਦੀ ਉਹ ਜੇਮ 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 ਜੇਮ। ਅਕਲ ਮਜ਼ਾ ਆਇਆ ਤੈਨੂੰ ਹੈਂ? ਅੱਛੀ ਹੈ ਕਹਿੰਦਾ ਅੰਬੀਆਂ ਖਾਣੀਆਂ ਨਹੀਂ, ਅੰਬੀਆਂ ਹੁਣ ਤਾਂ ਖਾ ਗਏ, ਹੁਣ ਤੁਸੀਂ ਅੰਬੀਆਂ ਖਾਣੀਆਂ? ਅੰਬੀਆਂ ਚੈੱਕ ਕਰੋ ਤੋਂ ਦਿਖਣੀਆਂ ਲੱਗੀਆਂ, ਅੰਬੀਆਂ ਤੇ ਲੱਗੀਆਂ ਨਜ਼ਰ ਆ ਰਹੀਆਂ ਵਾ, ਪਰ ਇਹ ਕਿ ਤੁਸੀਂ ਹੁਣ ਕਿਉਂ ਖਾਣੀਆਂ ਆਈਆਂ ਵਾ? ਅੰਬੀਆਂ ਹੁਣ ਤਾਂ ਤੁਸੀਂ ਘਰੋਂ ਖਾ ਕੇ ਕਿ ਨਹੀਂ ਖਾ ਗਏ? ਨਹੀਂ ਖਾ ਕੇ, ਨਹੀਂ ਖਾ ਕੇ ਫਿਰ ਮੈਂ ਨਹੀਂ ਮੈਂ ਚੱਲ ਗਿਆ ਖਾਣੀਆਂ। ਥੈਲ ਤੂੰ ਖਾਣੀਆਂ ਅੰਬੀਆਂ? ਹਾਂਜੀ ਕੱਲ ਖਾਵਾਂਗੇ ਫਿਰ, ਠੀਕ ਆ ਹੈਗੀਆਂ ਹਲੇ ਘਰ। ਚੱਲ ਹਾਂ, ਕੀ ਕਹਿਣ ਲੱਗਾ ਸੀ? ਕੀ ਕਰਨੀ ਆ ਅੰਬੀ? ਅੱਲਾ ਦੇ ਬੰਦੇ ਉਹਨਾਂ ਦਾ ਕੰਮ ਹੈਗਾ ਪੈਸੇ ਲੈਣੇ, ਭਾਈ ਨੇ ਹੈਗੇ ਪੈਸੇ, ਉਦਾਰੀ ਕਹਿੰਦੇ ਅੰਬੀਆਂ ਖਾਣੀਆਂ, ਮੈਂ ਕਿਹਾ ਪੈਸੇ ਲਿਆਓ ਤੇ ਅੰਬੀਆਂ ਖਾਓ। ਭਾਈ ਨੂੰ ਪੁੱਛਿਆ ਸੀ ਅੱਗੇ, ਭਾਈ ਕਹਿੰਦਾ ਅਸੀਂ ਮੁੱਲ ਵੇਟਦੇ ਹਾਂ, ਉਹ ਉੱਥੇ ਭਾਈ ਹੋਣਾ ਦੀ ਨਾ ਸਾਹਮਣੇ ਉਹ ਲੱਗੀ ਹੋਈ ਆ ਉੱਥੇ ਰੇਹੜੀ ਭਾਈ ਹੋਣਾ ਦੀ, ਉਹਦੇ ਉੱਤੇ ਫਿਰ ਜਾ ਕੇ ਤੁਹਾਨੂੰ ਕਰਨਾ ਪੈਣਾ ਵਾ, ਪੈਸੇ ਦੇਣੇ ਪੈਣੇ। ਹੈਗੇ ਪੈਸੇ ਤੇਰੇ ਕੋਲ? ਮੋਟੇ ਗੰਜੇ ਪੈਸੇ ਫਿਰ ਲੈ ਕੇ ਆਉਣਾ ਸੀ ਨਾ। ਚਲੋ ਹੁਣ ਸਾਹਿਲ ਦੀ ਵਾਰੀ ਆਉਣ ਲੱਗੀ ਆ, ਚਲੋ ਚਲੋ ਨਾਲੋ ਨਾਲੋ ਕਿਹਦੀ ਵਾਰੀ ਰਹਿ ਗਈ ਫਿਰ? ਵਾਹ ਸਾਹਿਲ ਤੇਰਾ ਡਾਂਸ, ਵਾਹ ਵਾਹ, ਡਾਂਸ ਕਰੋ ਸਾਰੇ ਹੀ, ਅਕਲ ਚੱਲ, ਵਾਹ ਵਾਹ ਮਲੰਗਾ ਜੈ ਚੈੱਕ ਕਰੋ। ਮੈਂ ਕਹਿੰਦਾ ਨੰਗੇ ਭੰਗੇ ਸਾਹਿਲ ਡਾਂਸ ਕਰਨ ਡਿਆ ਹੈ, ਚੈੱਕ ਕਰੋ ਭਾਈ ਨੇ ਨਾ ਬੈਲ ਬੂਲ ਵੀ ਰੱਖੇ ਹੋਏ ਇੱਥੇ ਹੀ ਆਪਣੇ ਹੈ। ਕਿਆ ਇੱਧਰ ਮੂੰਹ ਕਰ ਕੇ, ਅਸਲਾਮ ਵਾਲੇਕਮ, ਕਿੱਦਾਂ ਅੱਗੇ ਜਿੱਦਾਂ ਮੈਂ ਪੁੱਛਦਾ ਹੁੰਦਾ ਤਾਂ ਪੁੱਛ ਕੀ ਹਾਲ ਚਾਲ ਹੈ, ਠੀਕ ਠਾਕ ਹੋ, ਰਾਜ਼ੀ ਹੋ, ਤਗੜੇ ਹੋ, ਕਿਆ ਇੱਦਾਂ ਕਿਆ ਰਾਜ਼ੀ ਹੋ
ਲੰਗੜੇ ਅੱਜ ਕੀ ਕਰਨਾ ਹੀ ਅੱਛਾ 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 ਤੂੰ ਇੱਦਾਂ ਕਰ ਤੂੰ ਇੱਦਾਂ ਕਰ ਤੂੰ ਹੁਣ ਪਤਾ ਕੀ ਕਹਿਣਾ ਵਾ ਤੂੰ ਕਹਿਣਾ ਵਾ ਕਿ ਅਲੀ ਹਸਨ ਆਸ਼ਕ ਵਲੌਗ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲੇ ਲਾਈਕ ਕਰੋ ਚੱਲ ਕਹਿ ਅਲੀ ਹਸਨ ਆਸ਼ਕ ਯੂਟਿਊਬ ਵੈਰੀ ਗੁਡ ਇਹਨੇ ਕਿਹਾ ਸਹੀ ਬਈ ਹੈ ਭਾਈ ਜਾਨ ਤੁਹਾਨੂੰ ਕੰਮ ਸੀਗਾ ਬੱਚਿਓ ਇੱਕ ਮਿੰਟ ਛੱਡ ਦਿਓ ਭਾਈ ਨੇ ਨਲਕੇ ਜਾਣਾ ਹਨਾ ਅੱਛਾ ਮੈਂ ਕਿਹਾ ਪਤਾ ਨੀ ਸਾਰੀ ਮਜ਼ਾ ਆ ਰਿਹਾ ਬੱਚੋ ਹੈ ਮਜ਼ਾ ਆ ਰਿਹਾ ਨਹਾ ਲਓ ਜਾਂ ਚਲੀਏ ਹਲੇ ਨਹਾਉਣਾ ਵਾ ਨਹਾਓ ਨਹਾਓ ਫਿਰ ਨਹਾਓ ਕੌਣ ਰਹਿ ਗਿਆ ਤੇ ਕੌਣ ਨਾ ਹਟਿਆ ਚਲੋ ਲਾ ਲਓ ਲਾ ਲਓ ਹੋਰ ਲਾ ਲਓ ਕੀ ਲੱਭਾ ਕੀ ਲੱਭਾ ਮੈਂ ਬੈਠਾ ਕੁਛ ਲੱਭਾ ਸੀ ਫਿਰ ਕਿੱਥੇ ਲੈ ਬੈਠਾ ਸੀ ਬੱਚੇ ਅੱਜ ਵਾਕਈ ਖੁਸ਼ ਆ ਯਾਰ ਮਜ਼ਾ ਆ ਰਿਹਾ ਇਹਨਾਂ ਨੂੰ ਜਿਹੜੇ ਇਹਨਾਂ ਦੀ ਊਟ ਪਟਾਂਗ ਹਰਕਤਾਂ ਨਾ ਸ਼ੁਰੂ ਹੋ ਗਈਆਂ ਫਿਰ ਮੁਲਾਕਾਤ ਹੋਏਗੀ ਕਿਸੇ ਨਵੀਂ ਵੀਡੀਓ ਦੇ ਨਾਲ ਓਕੇ ਜੀ ਅੱਲਾਹ ਹਾਫਿਜ਼